ਇਹ ਰੈਸਪੀ ਬਣਾਉਣ ਜਾ ਰਹੇ ਆ ਮੁਕੇਸ਼ ਭਾਈ, ਜੋ ਕਿ ਪੂਰੇ ਹਿੰਦੁਸਤਾਨ ਵਾਸੀਆਂ ਦੀ ਫੇਵਰੇਟ ਹੈਗੀ ਹੈ। ਬਟਰ ਚਿਕਨ ਬੂਬੂ ਮੇਰੀ ਸਭ ਤੋਂ ਮਿਹਨਤ ਕਰਦੀ ਹੈ, ਭਾਬੀ ਕਹਿੰਦੇ ਹੋਰ ਬੇਇੱਜ਼ਤੀ ਕਰੋ। ਨਵੀਂ ਲੁੱਕ ਤਾਂ ਦੇਖ ਸਕਦੇ, ਮਸਾਲੇ ਘਰ ਪਾ ਕੇ ਰੈਡੀ ਰੱਖੇ ਭਾਈ, ਕੀ ਪਾਏ ਚਿਕਨ ਨੂੰ ਰੋਸਟ ਕਰਦੇ। ਸੋ ਗਾਇਸ ਹੁਣ ਮੇਨ ਪ੍ਰੋਸੈਸ ਹੋ ਚੁੱਕਿਆ ਸ਼ੁਰੂ, ਸਾਡੇ ਬਟਰ ਚਿਕਨ ਦੀ ਗ੍ਰੇਵੀ ਰੈਡੀ ਹੈ, ਤੁਸੀਂ ਦੇਖ ਸਕਦੇ ਹੋ। ਅਰੇ ਵਾਹ, ਸੋ ਗਾਇਸ ਹੁਣ ਤੁਸੀਂ ਦੇਖ ਸਕਦੇ ਹੋ ਸਾਡੇ ਬਟਰ ਚਿਕਨ ਚ ਆਪਾਂ ਪਾਤਾ ਮੱਖਣ। ਸੋ ਗਾਇਸ ਹੁਣ ਟਾਈਮ ਆ ਗਿਆ ਕਰੀਮ ਪਾਉਣ ਦਾ, ਜੋ ਕਿ ਬਟਰ ਚਿਕਨ ਦੀ ਜਾਨ। ਜੋ ਕਿ ਪੂਰੇ ਹਿੰਦੁਸਤਾਨ ਵਾਸੀਆਂ ਦੀ ਫੇਵਰੇਟ ਹੈਗੀ ਹੈ, ਜੋ ਕਿ ਚਿਕਨ ਖਾਂਦੇ ਸਾਰਿਆਂ ਨੂੰ ਚਿਕਨ ਦੀ ਰੈਸਪੀ ਪਸੰਦ ਹੀ ਪਸੰਦ ਹੈ। ਤੁਸੀਂ ਦੇਖ ਸਕਦੇ ਹੋ, ਇਹਦਾ ਮੈਂ ਤੁਹਾਨੂੰ ਦੱਸਦਾ, ਸਭ ਤੋਂ ਪਹਿਲਾਂ ਦੇਖ ਸਕਦੇ ਹੋ ਇੱਥੇ ਆ ਗਿਆ ਚਿਕਨ, ਇੱਥੇ ਆ ਗਿਆ ਸਾਡਾ ਪਿਆਜ਼ ਨਾਲ ਲਸਣ, ਇੱਥੇ ਆ ਗਿਆ ਸਾਡੇ ਟਮਾਟਰ, ਠੀਕ ਹੈ। ਇੱਥੇ ਮੁਕੇਸ਼ ਭਾਈ ਨੇ ਪਹਿਲਾਂ ਤੇਲ ਛੱਡਿਆ, ਤੇਲ ਅੰਦਰ ਕੀ ਪਾਏ ਭਾਈ ਤੁਸੀਂ? ਦਾਲਚੀਨੀ ਤੂੰ ਪਾ ਗਈ, ਲਾਲ ਮਿਰਚ, ਠੀਕ ਹੈ। ਤੇ ਅੱਜ ਦੀ ਜਿਹੜੀ ਰੈਸਪੀ ਹੈਗੀ ਹੈ ਉਹ ਹੈਗੀ ਹੈ ਬਟਰ ਚਿਕਨ। ਬਟਰ ਚਿਕਨ ਜੋ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਹੈ, ਦਿਲ ਤੋਂ ਜਾਨ ਤੋਂ ਜਿਗਰ ਤੋਂ ਪਸੰਦ ਹੈ, ਜਿਹੜੇ ਚਿਕਨ ਖਾਂਦੇ ਨਾ ਉਹਨਾਂ ਨੂੰ ਬਟਰ ਚਿਕਨ 110% ਪਸੰਦ ਹੀ ਹੋਣਾ। ਤੋ ਅੱਜ ਮੁਕੇਸ਼ ਭਾਈ ਬਣਾਉਣ ਜਾ ਰਹੇ ਆਪਣੇ ਹੱਥ ਦਾ ਬਟਰ ਚਿਕਨ, ਤੇ ਭਾਈ ਨੇ ਦਾਵਾ ਦਿੱਤਾ ਅਗਰ ਸਵਾਦ ਨਹੀਂ ਬਣੂਗਾ ਤੇ ਪਲੇਟ ਚਾ ਕੇ ਮੇਰੇ ਮੂੰਹ ਤੇ ਮਾਰੀਓ। ਪਰ ਆਹ ਮੂੰਹ ਤੇ ਮਾਰੀਓ ਨਾ ਕਿਹਾ ਸੀ, ਕਿਸੇ ਨੂੰ ਦੱਸੀ ਹੋਣਾ ਕਿ ਸਹੀ ਨੀ ਬਣਿਆ, ਹੈਨਾ ਮੂੰਹ ਤੇ ਪਲੇਟ ਮਾਰ ਲਿਓ ਹੋਵੇ। ਤੋ ਮੁਕੇਸ਼ ਭਾਈ ਦੀ ਸ਼ਰਤ ਲੱਗ ਗਈ ਹੈ ਮੇਰੀ ਕਿ ਚਿਕਨ ਜਿਹੜਾ ਹੈਗਾ ਉਹ ਇੱਕਦਮ ਵਧੀਆ ਬਣੂਗਾ, ਤੇ ਮਿਲਦੇ ਹੁਣ ਮੈਂ ਤੁਹਾਨੂੰ ਦੱਸਦਾ ਅੱਗੇ ਕਰਨਾ ਕੀ ਆ। ਸੋ ਸਾਰੀ ਸੈਟਿੰਗ ਕਰ ਦਈਏ ਫਿਰ ਤੁਹਾਨੂੰ ਮੈਂ ਦੱਸਦਾ। ਸੋ ਗਾਇਸ ਤੁਸੀਂ ਦੇਖ ਸਕਦੇ ਹੋ ਕਿ ਮੁਕੇਸ਼ ਭਾਈ ਸਾਰਾ ਮਾਲ ਪੱਤਾ ਪਾ ਲਗੇ, ਭਾਈ ਤੁਸੀਂ ਇਹ ਲਸਣ ਛਿੱਲਿਆ ਨਹੀਂ ਅੱਜ? ਯਾਰ ਗ੍ਰੇਵੀ ਇੱਦਾਂ ਹੀ ਬਣਦੀ ਆ, ਅਦਰਕ ਵੀ ਇੱਦਾਂ ਹੀ ਪਾ, ਦੇਖੋ ਧਨੀਆ ਇੱਦਾਂ ਹੀ ਪਾ ਰਿਹਾ, ਹਰੀ ਮਿਰਚ ਇੱਦਾਂ ਹੀ ਪਾ ਰਿਹਾ, ਗ੍ਰਾਇੰਡ ਕਰਨਾ ਸਭ ਕੁਝ ਆਪਾਂ ਗ੍ਰਾਇੰਡ ਕਰਨਾ, ਗ੍ਰਾਇੰਡ ਕਰਨ ਤੋਂ ਬਾਅਦ ਜਿੰਨਾ ਵੇਸਟੇਜ ਹੁੰਦਾ ਨਾ ਟਮਾਟਰ ਦਾ, ਟਮਾਟਰ ਦੇ ਤੁਹਾਨੂੰ ਪਤਾ ਟਮਾਟਰ ਦੇ ਜਿਹੜੇ ਛਿਲਕੇ ਆ ਉਹ ਵੀ ਨਿਕਲਦੇ ਆ। ਅੱਛਾ ਸਾਰਾ ਗੰਦ ਕੱਢਣਾ ਤੁਸੀਂ, ਮਤਲਬ ਟਮਾਟਰ ਅੰਦਰੋਂ ਗਲ ਜਾਂਦਾ ਵਾ, ਟਮਾਟਰ ਦੇ ਜਿਹੜੇ ਬਾਹਰਲੇ ਛਿੱਲੜ ਹੁੰਦੇ ਨਾ ਉਹ ਨਹੀਂ ਗਲਦੇ। ਅੱਛਾ ਦੇਖ ਸਕਦੇ ਹੋ ਕਿ ਸਾਡੇ ਪਿਆਜ਼ ਰਚ ਪੈ ਗਏ ਆ, ਤੁਹਾਨੂੰ ਨੂੰ ਬਾਬਾ ਥੋੜਾ ਗਾਣਾ ਹੀ ਆ ਤੇ ਉਸ ਤੋਂ ਬਾਅਦ ਆਪਣੇ ਕਹਿੰਦਾ ਗ੍ਰਾਇੰਡ ਗੜ 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 ਗ੍ਰਾਇੰਡ ਕਰਨਾ, ਗ੍ਰਾਇੰਡ ਕਰਨ ਤੋਂ ਬਾਅਦ ਬਹੁਤ ਜ਼ਿਆਦਾ ਟੇਸਟੀ ਸਵਾਦ ਆਉਣਾ। ਸੋ ਮੁਕੇਸ਼ ਭਾਈ ਨੇ ਤਾਂ ਕਰਤਾ ਪ੍ਰੋਸੈਸ ਸ਼ੁਰੂ, ਤੇ ਟਾਈਮ ਲੈਪ ਦੇਖੋ ਤੁਸੀਂ। ਕਮਰੇ ਦੇ ਵਿੱਚ ਆ ਚੁੱਕੇ, ਤੁਸੀਂ ਦੇਖ ਸਕਦੇ ਮੇਰਾ ਸਾਰਾ ਟੱਬਰ ਵਿਹਲਿਆਂ ਦਾ ਟੱਬਰ ਇੱਥੇ ਬੈਠਾ ਹੋਇਆ, ਤੁਸੀਂ ਦੇਖ ਸਕਦੇ ਹੋ ਭਾਬੀ ਦੀ, ਚਲੋ ਭਾਬੀ ਆਪਣੇ ਵਰਕ 'ਚ ਲੱਗੇ ਰਹੇ ਆ। ਇਹ ਬੰਦਾ ਨਾ ਕੁਛ ਕਰਨ ਜੋਗਾ ਤੇ ਨਾ ਇਹ ਬੰਦੇ ਨੂੰ ਕੁਛ ਕਰਨਾ, ਤੇ ਨਾਨੀ ਅੰਮਾ ਦਾ ਕੀ ਕੰਮ ਹੈ, ਕਰੋ ਇੱਥੇ ਤੇ ਇੱਥੋਂ ਘਰ। ਮੰਮੀ ਉਹਨਾਂ ਵੱਧ ਤੋਂ ਰੀਲ ਬਣਾ ਲਈ ਆ, ਵਲੋਗ ਸ਼ੂਟ ਕਰ ਲਿਆ। ਬੂਬੂ ਮੇਰੀ ਸਭ ਤੋਂ ਮਿਹਨਤ ਕਰਦੀ ਆ, ਕਿਉਂਕਿ ਇਹਨੂੰ ਕੱਪੜੇ ਵਗੈਰਾ ਸੇਲ ਕਰਨੇ ਹੁੰਦੇ ਆ, ਪੂਰਾ ਦਿਨ ਕਲਾਈਂਟ ਨੂੰ ਹੈਂਡਲ ਕਰਦੀ ਆ। ਸੋ ਗਾਇਜ਼ ਮੈਨੂੰ ਤੇ ਮੇਰੀ ਵਾਈਫ ਨੂੰ ਜਿੰਨਾ ਹੋ ਸਕੇ ਸਪੋਰਟ ਕਰੋ ਤੇ ਲਾਈਕ ਮੈਂ ਸ਼ੇਅਰ ਕਰੋ, ਠੀਕ ਹੈ। ਬਾਕੀ ਇਹ ਪਰਿਵਾਰ ਕੁਛ ਕਰਨ ਜੋਗਾ ਨਹੀਂ ਹੈਗਾ, ਕੁਛ ਕਰਨ ਨਹੀਂ ਜੋਗਾ ਹੈਗਾ। ਸੋ ਗਾਇਜ਼ ਨਾਨੀ ਅੰਮਾ ਨੂੰ ਵੀ ਇਗਨੋਰ ਕਰੀਓ, ਸੋਚੋ ਕਿ ਇੱਥੇ ਨਾਨੀ ਅੰਮਾ ਬੈਠੇ ਤੇ ਹੀ ਨਹੀਂ ਹੈ, ਇੰਨਾ ਇਗਨੋਰ ਕਰੋ ਨਾਨੀ ਅੰਮਾ ਨੂੰ। ਭਾਬੀ ਕਹਿੰਦੇ ਹੋਰ ਬੇਇੱਜ਼ਤੀ ਕਰੋ, ਏਦਾਂ ਕਿਹਾ ਭਾਬੀ ਨੇ। ਭਾਬੀ ਕਹਿ ਸਕਦੇ ਤੁਸੀਂ ਮਨ ਚ ਕਿਹਾ, ਤੁਹਾਡਾ ਮਨ ਬੜਿਆ। ਮੈਂ ਭਾਈ ਤੁਸੀਂ ਕੁਛ ਨੀ ਕਰਨਾ, ਕੱਲ ਦੇ ਵਲੋਗ ਚ ਬੈਠੇ ਦੇ ਤੇ ਅੱਜ ਦੇ ਵਲੋਗ ਚ ਬੈਠੇ ਦੇ ਹੋ, ਆਜੋ ਬਣਾਈਏ। ਆਜੋ ਮੰਮੀ, ਅੱਜ ਆਪਾਂ ਹਿੰਦੁਸਤਾਨ ਦੇ ਇਕੱਲੇ ਇਕੱਲੇ ਵਿਅਕਤੀ ਦੀ ਪਹਿਲੀ ਪਸੰਦ ਬਣਾ ਲੱਗੇ ਬਟਰ ਚਿਕਨ। ਨਹੀਂ ਜਿਹੜੇ ਨੋਨ ਵੈਜ ਖਾਂਦੇ ਆ ਉਹਨੀ ਉਹਨਾਂ ਵਾਲੀ, ਠੀਕ ਹੈ। ਸੋ ਗਾਇਸ ਮੇਰੇ ਪਰਿਵਾਰ ਨੂੰ ਕਰੋ ਇਗਨੋਰ, ਤੇ ਹੁਣ ਫਿਰ ਤੋਂ ਚਲੀਏ ਕਿਚਨ ਚ ਜਾ ਕੇ ਬਟਰ ਚਿਕਨ ਬਣਾਈਏ। ਸੋ ਗਾਇਸ ਮੈਨੂੰ ਮੇਰੇ
ਨਵੀਂ ਲੁੱਕ ਦੇ ਵਿੱਚ ਦੇਖ ਸਕਦੇ ਹੋ ਗਾਇਸ, ਮੈਂ ਕਿਦਾਂ ਲੱਗ ਰਿਹਾ ਕਮੈਂਟ ਕਰਕੇ ਦੱਸਿਓ ਭਾਬੀ ਕਿਦਾਂ ਲੱਗ ਰਿਹਾ, ਸੱਚੀ ਦੱਸਿਓ। ਜਿੰਨਾ ਹੋ ਸਕੇ ਗਾਇਸ ਮੰਮੀ ਨੂੰ ਇਗਨੋਰ ਕਰੀਏ ਮੇਰੇ ਵਲੌਗ ਚ, ਠੀਕ ਹੈ, ਕਿਉਂਕਿ ਮੈਂ ਮੰਮੀ ਤੋਂ ਬਿਲਕੁਲ ਕੰਟੈਂਟ ਨਹੀਂ ਲਿਆਂਦਾ, ਮੈਨੂੰ ਮੰਮੀ ਦੀ ਲੋੜ ਹੀ ਨਹੀਂ ਮੇਰੇ ਵਲੌਗ ਚ, ਮੇਰਾ ਵਲੌਗ ਕੱਲਾ ਹੀ ਸਭ ਤੋਂ ਮਹਾਨ ਹੈ ਤੇ ਬਿਹਤਰ ਹੈ। ਮੰਮੀ ਮੇਰੇ ਤੋਂ ਗੁੱਸਾ ਹੋਏ ਆ, ਮੰਮੀ ਤੇ ਗੁੱਸਾ ਗਿਆ ਵੋ। ਓਕੇ ਸੋ ਗਾਇਸ, ਮੰਮੀ ਨੇ ਕਿਹਾ ਕਿ ਤੂੰ ਦਫਾ ਹੋਇਆ, ਸੋ ਮਾਂ ਦੇ ਅਸੂਲਾਂ ਦਾ ਪਾਲਣ ਕਰਦੇ ਹੋਏ ਮੈਂ ਉੱਥੋਂ ਦਫਾ ਹੋ ਚੁੱਕਿਆ ਗਾਇਸ। ਹੁਣ ਆਪਾਂ ਚੱਲੀਏ ਕਿਚਨ 'ਚ, ਤਾਂ ਕਿਚਨ 'ਚ ਆਦੇ ਕੀ ਸੀਨ ਆ ਮੁਕੇਸ਼ ਭਾਈ, ਤੇ ਮੇਰੀ ਰਿੰਗ ਲਾਈਟ ਬੰਦ ਕਰਤੀ ਯਾਰ। ਸੋ ਗਾਇਸ ਮੈਂ ਕਿਚਨ 'ਚ ਆਇਆ, ਕਿਚਨ 'ਚ ਆ ਕੇ ਤੁਸੀਂ ਦੇਖ ਸਕਦੇ ਹੋ ਕਿ ਮੁਕੇਸ਼ ਭਾਈ ਨੇ ਅੱਜ ਮਸਾਲੇ ਵਗੈਰਾ ਪਾ ਕੇ ਰੈਡੀ ਰੱਖੇ ਭਾਈ, ਕੀ ਕੀ ਪਾਇਆ ਇਹਦੇ ਵਿੱਚ? ਭਾਈ ਗਰਮ ਮਸਾਲਾ, ਅੱਛਾ, ਜੀਰਾ ਪਾਊਡਰ, ਡੇਗੀ ਮਿਰਚ ਚੰਕਿੰਗ, ਮੀਟ ਮਸਾਲਾ ਤੇ ਸਿਰਕਾ ਤੇ ਆਪਣਾ ਕੀ ਕਹਿੰਦੇ ਆ ਅਦਰਕ ਲਸਣ ਦਾ ਪੇਸਟ। ਸੋ ਗਾਇਸ ਤੁਸੀਂ ਸੁਣ ਲਿਆ ਕਿੰਨਾ ਕੁਝ ਪਾਤਾ ਮੁਕੇਸ਼ ਭਾਈ ਨੇ। ਮੁਕੇਸ਼ ਭਾਈ ਨਵਾਂ ਹੇਅਰ ਸਟਾਈਲ ਕਿੱਦਾਂ ਲੱਗ ਰਿਹਾ ਮੇਰਾ? ਬਹੁਤ ਵਧੀਆ ਲੱਗ ਰਿਹਾ ਨਾ, ਮੈਨੂੰ ਪਤਾ ਸੀ। ਸੋ ਗਾਇਸ ਹੁਣ ਆਪਾਂ ਇਹਨੂੰ ਕਰਨਾ ਮਿਕਸ, ਇਹ ਵਾਲਾ ਚਿਕਨ ਆਪਾਂ ਕੱਢਿਆ ਕਿਉਂਕਿ ਇਹਦੇ ਤੁਹਾਨੂੰ ਇੱਕ ਹੋਰ ਰੈਸਪੀ ਦੇਖਣ ਨੂੰ ਮਿਲੇਗੀ ਕੱਲ੍ਹ, ਠੀਕ ਹੈ। ਬਾਕੀ ਮੁਕੇਸ਼ ਭਾਈ ਇਹਨੂੰ ਕਰਨ ਲੱਗੇ ਚੰਗੀ ਤਰ੍ਹਾਂ ਮਿਕਸ, ਤੇ ਜਿਹੜਾ ਬਾਕੀ ਸਮਾਨ ਹੈਗਾ ਉਹ ਇਹਦੇ ਵਿੱਚ ਬੰਦਾ ਹੈ ਭਾਈ। ਟਮਾਟਰ ਪਾ ਦਿੱਤੇ ਸੀ ਵਿੱਚ, ਟਮਾਟਰ ਵਿੱਚ ਪੈ ਗਏ, ਉਸ ਤੋਂ ਬਾਅਦ ਉਹਨੂੰ ਕੱਟ ਕੇ ਗ੍ਰਾਇੰਡ ਕਰਨਾ। ਸੋ ਇਹਨੂੰ ਮੈਰੀਨੇਟ ਕਰਕੇ ਮਿਕਸ ਕਰ ਲਈਏ ਤੇ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ। ਸੋ ਗਾਇਸ ਹੁਣ ਮੁਕੇਸ਼ ਭਾਈ ਇੱਥੇ ਚਿਕਨ ਨੂੰ ਰੋਸਟ ਕਰਦੇ ਪਏ, ਭਾਜੀ ਇਹ ਕੱਦ ਤੋਂ ਕੀਤਾ ਜਾਂਦਾ ਬਾਈ ਦੇਵੇ? ਭਾਈ ਯਾਰ ਤਾਂ ਇਹਦੇ ਬਟਰ ਚਿਕਨ ਲੱਗੂਗਾ। ਓਕੇ, ਇਹਦੇ ਵਿੱਚ ਤਰੀ ਵਾਲਾ ਚਿਕਨ ਜਿੱਦਾਂ ਉਹ ਘਰੇ ਬਣਾਉਂਦੇ ਆ। ਅੱਛਾ, ਇੱਕ ਖਾਸੀਅਤ ਹੈ ਜੀ ਇਹਦੇ ਬਿਨਾਂ ਬਟਰ ਚਿਕਨ ਦਾ, ਮਤਲਬ ਉਹ ਨਹੀਂ ਆਣਾ ਕਿ ਫੀਲ ਹੀ ਨਹੀਂ ਕਿ ਬਟਰ ਚਿਕਨ ਬਣਿਆ। ਠੀਕ ਹੈ ਠੀਕ ਹੈ, ਥੋੜਾ ਥੋੜਾ ਰੋਸਟ ਕਰਾਂਗੇ। ਠੀਕ ਹੈ, ਤੇ ਮਤਲਬ ਅੰਦਰ ਜਾ ਕੇ ਚਿਕਨ ਫਟੇਗਾ ਨਹੀਂ। ਠੀਕ ਹੈ, ਸਮਝ ਗਿਆ ਤੁਹਾਡੀ ਗੱਲ। ਸੋ ਇਹਨੂੰ ਹੁਣ ਆਪਾਂ ਰੋਸਟ ਕਰ ਲਈਏ ਤੇ ਇਹਦੇ ਟਾਈਮ ਲਾ ਦੇਖੋ ਮੇਰੇ ਦੋਸਤੋ। Till I get up, time is barely on our side. I don't wanna waste what's left. The storms we chase are leading us, and love is all we'll ever trust. Yeah, no, I don't wanna waste what's left. So guys, Mukesh bhai ne jehde pyaaz tamatar wagaira sare banaye si na, ਹੁਣ ਇਹਦਾ ਕਰਨ ਲੱਗਿਆ ਆਪਣੇ ਪੇਸਟ ਬਣਾ ਲੱਗੇ ਆ, ਤੇ ਮੁਕੇਸ਼ ਭਾਈ ਨੇ ਤਾਂ ਇੱਥੋਂ ਕਵਰ ਕੀਤਾ ਕਿਉਂਕਿ ਇੱਥੋਂ ਟੁੱਟ ਗਿਆ। ਭਈਆ 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 ਉਧਰ ਆ ਭਈਆ ਤੁਹਾਡੇ। ਸੋ ਹੁਣ ਮੁਕੇਸ਼ ਭਾਈ ਨੂੰ ਕਰਨ ਲੱਗੇ ਗ੍ਰਾਇੰਡ, ਗ੍ਰਾਇੰਡ ਹੋਈ ਫਿਰ ਮੈਂ ਤੁਹਾਨੂੰ ਦੱਸਦਾ ਕੀ ਕਰਨ ਲੱਗੇ। ਸੋ ਗਾਇਸ ਹੁਣ ਮੇਨ ਪ੍ਰੋਸੈਸ ਹੋ ਚੁੱਕਿਆ ਸ਼ੁਰੂ, ਠੀਕ ਹੈ, ਤੁਸੀਂ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਆਪਾਂ ਚ ਪਾਤਾ ਲਸਣ ਤੇ ਪਿਆਜ਼ ਤੇ ਮਿਰਚਾਂ, ਤੇ ਤੁਸੀਂ ਕੁਛ ਨਹੀਂ ਕਰਨਾ, ਫਟਾਫਟ ਤੁਸੀਂ ਅੱਡਾ ਬਸ ਬਣਾਉਣਾ ਤੇ ਖਾਣਾ, ਠੀਕ ਹੈ। ਈਜ਼ੀ ਸਟੈਪ ਨਹੀਂ ਬਣਾਉਣਾ ਮਨ ਤੇ ਮੇਰਾ ਵਲੋਗ ਦੇ ਕੇ ਇੰਜੋਏ ਕਰ ਲਓ। ਤੇ ਤੁਸੀਂ ਇੱਧਰ ਦੇਖ ਸਕਦੇ ਚਿਕਨ ਵੀ ਸਾਡਾ ਆਲਮੋਸਟ ਰੈਡੀ ਹੈ ਸਾਰਾ, ਠੀਕ ਹੈ। ਸੋ ਇਹਨੂੰ ਹੁਣ ਆਪਾਂ ਹਿਲਾ ਦਈਏ ਚੰਗੇ ਨਾਲ, ਜਿੰਨਾ ਹੋ ਸਕੇ ਤੇਜ਼ ਤੇਜ਼ ਹਿਲਾਉਣਾ ਹੈ, ਕਿਉਂਕਿ ਹਿਲਾਉਣ ਦੇ ਨਾਲ ਉਹਨਾਂ 'ਚ ਸਕੂਨ ਮਿਲ ਜਾਣਾ ਇਹਨੂੰ। ਓਏ ਹੋਏ ਹੋਏ ਹੋਏ, ਤੋਬਾ 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 ਤੋਬਾ, ਮਜ਼ਾ ਆਏ ਨਾ, ਤੋਬਾ 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 ਤੋਬਾ। ਸੋ ਗਾਇਸ ਗਰਮੀ ਸੱਚੀ ਦੱਸਾਂ, ਸਰਦੀ ਆ ਜੂਗੀ ਨਾ ਭਾਈ, ਸਰਦੀ ਆਉਂਦੇ ਨਾ ਇੱਕ ਸਕੂਨ ਜਿਹਾ ਮਿਲਣਾ ਕਿਚਨ 'ਚ ਰੋਟੀ ਬਣਾਉਣ ਦਾ, ਸਹੀ ਗੱਲ ਕੀ ਨਹੀਂ? ਗਰਮੀ ਵੇਲੇ ਤੁਸੀਂ ਮੇਰੇ ਵਾਲ ਦੇਖ ਸਕਦੇ, ਸ਼ਾਇਦ ਨਾ ਵੀ ਦੇਖ ਲਓਗੇ, ਪਰ ਮੈਂ ਨਾ ਵਾਲ ਮੇਰੇ ਪੂਰੇ ਗਿੱਲੇ ਹੋ ਗਏ ਇਸ ਟਾਈਮ। ਸੋ ਪਿਆਜ਼ ਵਗੈਰਾ ਸਾਡੇ ਇੱਥੇ ਰੋਸਟ ਹੋਏ ਫਟਾਫਟ, ਸੋ ਪਿਆਜ਼ ਵਗੈਰਾ ਤਾਂ ਸਾਡਾ ਪੱਕ ਜੇ, ਅਗਲਾ ਸਟੈਪ ਸ਼ੁਰੂ ਕਰੀਏ। ਮੁਕੇਸ਼ ਭਾਈ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਾਂ ਗ੍ਰੇਵੀ ਗ੍ਰਾਇੰਡ ਕੀਤੀ ਸੀ ਉਹਨੂੰ ਜਾਲੀ ਵਿੱਚ ਪਾਤਾ, ਛਾਨਣ ਵਿੱਚ, ਸਟੇਨਰ ਵਿੱਚ ਪਾਤਾ। ਹੁਣ ਇਹਨੂੰ ਆਪਾਂ ਇੱਦਾਂ ਦਾ ਹਿਲਾਉਣਾ 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 ਹਿਲਾਉਣਾ। ਸੋ ਪੂਰੀ ਖੁਸ਼ਬੂ ਆ ਰਹੀ ਬਟਰ ਚਿਕਨ ਦੀ ਭਾਈ। ਹੁਣ ਅੰਬਰ ਤੁਸੀਂ ਦੇਖ ਲਓ ਕਿ ਅਗਲਾ ਸਟੈਪ ਇੱਦਾਂ ਹੈ, ਤੁਸੀਂ ਇਹ 'ਚੋਂ ਗ੍ਰੇਵੀ ਕੱਢਣੀ, ਜਿਹੜਾ ਉੱਤੇ ਜਿਹੜਾ ਹੈਗਾ ਨਾ ਸਾਰਾ ਵੇਸਟੇਜ ਆ। ਓਕੇ ਭਾਈ, ਠੀਕ ਹੈ, ਇਸ ਇਸ ਪ੍ਰਕਾਰ ਨੂੰ ਤੁਸੀਂ ਗ੍ਰੇਵੀ ਕੱਢਣੀ। ਹੁਣ ਆਪਾਂ ਪਹਿਲਾਂ ਸਾਰੀ ਗ੍ਰੇਵੀ ਕੱਢ ਲਈਏ ਫਿਰ ਤੁਹਾਨੂੰ ਮਿਲਦੇ ਹਾਂ। ਇਹ ਸਾਡੀ ਬਟਰ ਚਿਕਨ ਦੀ ਗ੍ਰੇਵੀ ਰੈਡੀ ਹੈ, ਤੁਸੀਂ ਦੇਖ ਸਕਦੇ ਹੋ। ਅਰੇ ਵਾਹ 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 ਵਾਹ, ਇਹਦਾ ਖੁਸ਼ਬੂ ਸੇਮ ਬਟਰ ਚਿਕਨ ਵਰਗੀ ਆ ਰਹੀ, ਜਿੱਦਾਂ ਬਟਰ ਚਿਕਨ ਦੀ ਗ੍ਰੇਵੀ ਜਾਂਦੀ ਨਾ। ਸੋ ਮਜ਼ਾ ਆ ਗਿਆ, ਮਜ਼ਾ ਆ ਗਿਆ, ਮਜ਼ਾ ਆ ਗਿਆ ਗਾਇਸ, ਮਜ਼ਾ ਆ ਗਿਆ। ਸੋ ਤੁਸੀਂ ਹੁਣ ਦੇਖ ਸਕਦੇ ਭਾਈ ਅਗਲਾ ਪ੍ਰੋਸੈਸ ਕੀ ਆਪਣਾ, ਇਹਨੂੰ ਪਕਾਉਣਾ ਚੰਗੀ ਤਰ੍ਹਾਂ, ਇਹਨੂੰ ਚੰਗੀ ਤਰ੍ਹਾਂ ਪਕਾਉਣਾ। ਅੱਛਾ ਭਾਈ ਆਪਾਂ ਮੱਖਣ ਤੇ ਕਰੀਮ ਪਾਣੀ ਆ ਚ ਮੱਖਣ ਪਾਣਾ, ਦੇਖ ਲਵਾਂਗੇ ਕਰੀਮ ਵੀ ਪਾ ਲਾਂਗੇ ਜੇ ਮੱਖਣ ਪਾਣਾ ਤਾਂ ਮੱਖਣ ਵੀ ਪਾ। ਜੇ ਆਪਾਂ ਦੋਨੇ ਪਾ ਦਈਏ, ਦੋਨੇ ਪਾਵਾਂਗੇ ਆਪਾਂ, ਪੂਰਾ ਕਰੀਮੀ ਕਰੀਮੀ ਬਣਾਵਾਂਗੇ।
ਸੋ ਗਾਇਸ ਇਹਨੂੰ ਹੁਣ ਪੱਕਣ ਦਿੰਦੇ ਆ, ਫਿਰ ਤੁਹਾਨੂੰ ਮਿਲਦੇ ਆ। ਸੋ ਗਾਇਸ ਹੁਣ ਤੁਸੀਂ ਦੇਖ ਲਓ ਸਾਡੇ ਬਟਰ ਚਿਕਨ ਚ ਆਪਾਂ ਪਾਤਾ ਮੱਖਣ, ਭਾਜੀ ਸਾੜ ਦੋ ਮੱਖਣ, ਠੀਕ ਹੈ। ਹੁਣ ਮੱਖਣ ਆਪਾਂ ਕਹਿੰਦਾ ਚੰਗੀ ਤਰ੍ਹਾਂ ਮਿਕਸ, ਤੇ ਰੰਗਤ ਬਹੁਤ ਸੋਹਣੀ ਆ ਰਹੀ ਹੈ ਭਾਜੀ, ਮਜ਼ਾ ਆ ਰਿਹਾ ਦੇਖਣ ਚ। ਮੈਨੂੰ ਲੱਗਦਾ ਕੁਝ ਗਲਤੀ ਬਣੂਗਾ, ਗਲਤ ਮਤਲਬ ਸਵਾਦ ਰੰਗਤ ਦੇਖ ਸਕਦੇ ਹੋ, ਕਿਆ ਪਿਆਰੀ ਪਿਆਰੀ ਰੰਗਤ ਆਣ ਡੀ ਹੈ। ਸੋ ਹੁਣ ਮੁਕੇਸ਼ ਭਾਈ ਨਾਲ ਜਿਆਦਾ ਮਨ ਤੇ ਮੇਰਾ ਕਰਦਾ ਪਿਆ ਖਾਣ ਦਾ, ਬਹੁਤ ਜਿਆਦਾ ਮਨ ਕਰਦਾ ਪਿਆ। ਸੋ ਬਟਰ ਚਿਕਨ ਦੇਖਣ ਦੇ ਬਹੁਤ ਜਿਆਦਾ ਸਵਾਦ ਲੱਗ ਰਿਹਾ, ਫਿਰ ਤੁਸੀਂ ਰੰਗਤ ਦੇਖੋ ਜੀ, ਆਹ ਚੈੱਕ ਕਰੋ ਕਿਆ ਬਾਤ ਹੈ ਯਾਰ, ਕਿਆ ਟੇਸਟੀ ਟੇਸਟੀ ਲੱਗ ਰਿਹਾ, ਯੰਮੀ 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 ਯੰਮੀ, ਆਈ ਲਵ ਯੂ ਮਨ ਮੰਮੀ। ਤੇ ਨਾ ਮੁਕੇਸ਼ ਭਾਈ ਨੇ ਆਈ ਥਿੰਕ ਚਾਵਲ ਵੀ ਬਣਾ ਤੇ ਆ, ਚਾਵਲ ਮੈਂ ਤੁਹਾਨੂੰ ਦਿਖਾ ਦਾਂ। ਆਹ ਦੇਖੋ ਚਾਵਲ ਵੀ ਰੈਡੀ ਆ, ਤੇ ਫੁਲਕੇ ਮੁਕੇਸ਼ ਭਾਈ ਬਣਾ ਲੱਗੇ ਆ, ਜੋ ਬਟਰ ਚਿਕਨ ਬਣ ਜੇ ਫਿਰ ਤੁਹਾਨੂੰ ਮੈਂ ਪੂਰਾ ਟੇਸਟ ਕਰਕੇ ਦੱਸਦਾ ਕਿੱਦਾਂ ਦਾ ਬਣੇ ਕਿੱਦਾਂ ਨਹੀਂ। ਬਾਕੀ ਗਾਇਸ ਅਗਰ ਅੱਜ ਦਾ ਵਲੌਗ ਤੁਹਾਨੂੰ ਦੇਖਣ ਚ ਥੋੜਾ ਵੀ ਮਜ਼ਾ ਆਇਆ ਤੇ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆੜੀ ਬਾਓ ਬਾਓ। ਤੇ ਹੁਣ ਆਪਾਂ ਚੱਲੀਏ ਥੋੜਾ ਜਿਹਾ ਵਲੌਗ ਐਂਡ ਕਰ ਲਈਏ, ਬਟਰ ਚਿਕਨ ਦੀ ਵੇਟ ਕਰੀਏ ਤੇ ਮੈਂ ਤੁਹਾਨੂੰ ਦੱਸਦਾ ਕਿੱਦਾਂ ਬਣੇ। ਸੋ ਗਾਇਸ ਮੇਰੀ ਪਿੱਠ ਵਿੱਚੋਂ ਬਟਰ ਚਿਕਨ ਬਣ ਕੇ ਰੈਡੀ ਹੋ ਚੁੱਕੇ ਤੇ ਮੈਨੂੰ ਮੁਕੇਸ਼ ਭਾਈ ਨੂੰ ਬਿਲਕੁਲ ਖਬਰ ਨਹੀਂ ਦਿੱਤੀ। ਮੁਕੇਸ਼ ਭਾਈ ਪਿੱਠ ਪਿੱਛੋਂ ਏਡਾ ਵੱਡਾ ਗੁਨਾਹ ਕਰਦਾ ਤੁਸੀਂ ਤੇ ਮੈਨੂੰ ਦੱਸਿਆ ਤੁਸੀਂ ਵਲੌਗ ਐਡਿਟ ਕਰਦੇ ਰਹੇ। ਸੋ ਗਾਇਸ ਤੁਸੀਂ ਬਟਰ ਚਿਕਨ ਦੇਖ ਸਕਦੇ ਹੋ, 1 2 3 ਤੁਸੀਂ ਚੈੱਕ ਕਰ ਸਕਦੇ ਹੋ ਬਟਰ ਚਿਕਨ ਕਿੰਨਾ ਪਿਆਰਾ ਲੱਗ ਰਿਹਾ। ਤੇ ਓਏ ਹੋਏ 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 ਸੇਮ ਬਟਰ ਚਿਕਨ ਵਰਗੀ ਸਵਾਦ ਆ ਰਿਹਾ, ਓ ਸੋਰੀ ਸਮੈਲ ਆ ਰਹੀ ਹੈ, ਖੁਸ਼ਬੂ ਆ ਰਹੀ, ਖੁਸ਼ਬੂ। ਭਾਜੀ ਮੈਨੂੰ ਥੋੜਾ ਤੁਸੀਂ ਪਾਣਾ, ਮੈਂ ਆਪੇ ਪਾ ਲੈਣਾ। ਮੈਂ ਤੇ ਟੇਸਟ ਕਰਾਂਗਾ ਅੱਜ ਨਾ, ਘਰ ਤੋਂ ਟੇਸਟ ਨਹੀਂ ਕਰਾਉਣਾ ਬਿਕੋਜ਼ ਤੁਹਾਨੂੰ ਪਤਾ ਭਾਬੀ ਤੇ ਬਈ ਇੱਥੇ ਹੈਗੇ ਨੀ ਜਿੰਨਾ ਟੇਸਟ ਕਰਨਾ, ਤੇ ਬੂਬੂ ਵੀ ਬਹੁਤ ਘੱਟ ਚਿਕਨ ਖਾਂਦੀ ਹੈ, ਮਤਲਬ ਖਾਂਦੀ ਨਾਲ ਬਰਾਬਰ ਹੀ ਹੈ, ਮੰਮੀ ਵੀ ਨੀ ਖਾਂਦੇ ਪਏ ਹੈ ਨਾ। ਸੋ ਹੁਣ ਆਪਾਂ ਚਿਕਨ ਨੂੰ ਪਾਈਏ ਇੱਥੋਂ ਕੱਢ ਕੇ ਇਹਦੇ ਵਿੱਚ, ਠੀਕ ਹੈ। ਇੱਕ ਆਪਾਂ ਕੱਢੀਏ ਪੀਸ, ਠੀਕ ਹੈ। ਥੋੜ੍ਹੀ ਜਿਹੀ ਗਰੇਵੀ ਆਪਾਂ ਹੋਰ ਲੈ ਲੈਂਦੇ ਹਾਂ, ਠੀਕ ਹੈ। ਹੁਣ ਰੈਡੀ ਹੈ ਤੇ ਹੁਣ ਆਪਾਂ ਜਾ ਕੇ ਟੇਸਟ ਕਰੀਏ ਤੇ ਤੁਹਾਨੂੰ ਮੈਂ ਰਿਵਿਊ ਦੱਸਦਾ। ਚਲੋ ਸੋ ਗਾਇਸ ਹੁਣ ਹੈਗਾ ਟਾਈਮ ਟੇਸਟ ਕਰਨ ਦਾ, ਚਲੋ ਟੇਸਟ ਕਰੀਏ ਫਟਾਫਟ। ਓਏ ਓਏ ਐਂਡ ਜੰਨਤ ਐਂਡ ਇੱਕ ਹੁਣ ਪੀਸ ਦੇ ਨਾਲ, ਠੀਕ ਹੈ, ਇੱਕ ਵਾਈਟ ਹੁਣ ਪੀਸ ਦੇ ਨਾਲ ਮੁਕੇਸ਼ ਭਾਈ। ਐਂਡ ਮੈਂ ਇਹ ਨਾ ਸੋਚਿਓ ਕਿ ਚਿਕਨ ਆਪਾਂ ਬਣਾਇਆ ਤੇ ਬਤਾ ਰਹੇ ਪਾ ਰਹੇ ਹਾਂ, ਸੀਰੀਅਸਲੀ ਗਾਡਰ ਐਂਡ ਮੁਕੇਸ਼ ਭਾਈ ਨੂੰ ਜਾਵਾਂ ਬੰਦਾ। ਮੁਕੇਸ਼ ਭਾਈ ਤੁਹਾਡੇ ਹੱਥ ਕਿੱਥੇ ਆ? ਤੁਹਾਡੇ ਵੱਡੇ ਨੇ, ਮੈਂ ਚਾਕੂ ਰੱਖੋ ਇੱਥੇ। ਐਡਾ ਸਵਾਦ ਕੌਣ ਬਣਾਉਂਦਾ ਭਾਈ ਯਾਰ? ਭਾਈ ਤੁਸੀਂ ਮਜ਼ਾਕ ਕਰਦੇ ਹੋਣੇ ਮੇਰੇ, ਐਂਡ ਬੰਨਿਆ ਸੋਹ ਲੱਗੇ। ਓਏ ਹੋਏ ਹੋਏ ਮਜ਼ਾ ਆ ਗਿਆ, ਮਜ਼ਾ ਆ ਗਿਆ, ਮਜ਼ਾ ਆ ਗਿਆ। ਸੋ ਗਾਇਸ ਹੁਣ ਇਹ ਵਲੌਗ ਨੂੰ ਐਂਡ ਕਰਨ ਦਾ ਟਾਈਮ ਆ ਗਿਆ, ਤੁਹਾਨੂੰ ਵਲੌਗ ਦੇਖਣ 'ਚ ਮਜ਼ਾ ਆਇਆ ਮਿਲ ਗਈ ਨਾ, ਫਟਾਫਟ ਬਣਾਓ, ਖਾਓ, ਮਜ਼ੇ ਕਰੋ, ਕਿਚਨ ਸਾਫ਼ ਕਰਨੀ ਨਾ ਭੁੱਲਿਓ। ਮਿਲਦਾ ਨਵੇਂ ਵਲੌਗ 'ਚ, ਬਾਏ ਬਾਏ, ਟੇਕ ਕੇਅਰ, ਲਵ।